ਵਾਰ ਕੰਗਣਾ ਰਣੌਤ ਦੀ ਆਹ ਹਾਲਤ ਵੇਖੀ ਹੈ। ਦੇਖੋ ਅੱਜ ਕੰਗਣਾ ਰਣੌਤ ਦਾ ਰੰਗ ਉੱਡਿਆ ਪਿਆ, ਕਿਸਾਨਾਂ ਨਾਲ ਪੰਗਾ ਲੈ ਕੇ ਕੰਗਣਾ ਰਣੌਤ ਕਸੂਤੀ ਹਾਲਤ 'ਚ ਚਲੀ ਗਈ ਹੈ। ਔਰ ਦੇਖੋ ਪਹਿਲੀ ਵਾਰ ਕੰਗਣਾ ਰਣੌਤ ਨੂੰ ਆਪਣੇ ਸ਼ਬਦ ਵਾਪਸ ਲੈਣੇ ਪਏ ਨੇ, ਔਰ ਅੱਜ ਕੰਗਣਾ ਰਣੌਤ ਨੇ ਅਫਸੋਸ ਪ੍ਰਗਟ ਕੀਤਾ ਹੈ ਜੋ ਉਹਨੇ ਕਿਸਾਨਾਂ ਬਾਰੇ ਬੋਲਿਆ, ਔਰ ਮਾਫ਼ੀ ਮੰਗੀ ਹੈ ਕੰਗਣਾ ਰਣੌਤ ਨੇ ਜੋ ਕੁਛ ਉਹਨੇ ਬੋਲਿਆ। ਹੁਣ ਦੇਖੋ ਇਹ ਉਹੀ ਕੰਗਣਾ ਰਣੌਤ ਆ ਜਿਹੜੀ ਬੀਤੇ ਕੱਲ੍ਹ ਵੀ ਕਿਸਾਨਾਂ ਬਾਰੇ ਬਹੁਤ ਕੁਛ ਬੋਲੀ ਹੈ, ਅਤੇ ਨਾਲੇ ਬੀਤੇ ਕੱਲ੍ਹ ਕੰਗਣਾ ਰਣੌਤ ਨੇ ਇਹ ਆਖਿਆ ਕਿ ਜਿਹੜੇ 3 ਖੇਤੀ ਕਾਨੂੰਨ ਬਣਾਏ ਗਏ ਸੀ ਉਹ ਦੁਬਾਰਾ ਬਣਨੇ ਚਾਹੀਦੇ ਆ, ਉਹ ਵਾਪਸ ਨਹੀਂ ਸੀ ਲੈਣੇ ਚਾਹੀਦੇ, ਉਹ ਸਹੀ ਕਾਨੂੰਨ ਸੀਗੇ ਔਰ ਉਹ ਦੁਬਾਰਾ ਆਉਣੇ ਚਾਹੀਦੇ ਆ। ਅਤੇ ਹੁਣ ਅੱਜ ਉਹੀ ਕੰਗਣਾ ਰਣੌਤ ਇੱਕ ਦਿਨ ਬਾਅਦ ਹੁਣ ਮਾਫ਼ੀਆਂ ਮੰਗ ਰਹੀ ਹੈ, ਸ਼ਬਦ ਵਾਪਸ ਲੈ ਰਹੀ ਹੈ, ਆਪਣੇ ਸ਼ਬਦਾਂ 'ਤੇ ਅਫਸੋਸ ਪ੍ਰਗਟ ਕਰ ਰਹੀ ਹੈ। ਔਰ ਇਹ ਸਾਰਾ ਕੁਛ ਕਿਉਂ ਹੋਇਆ? ਦੇਖੋ ਇਹਦੇ ਕਾਰਨ 2-3 ਨੇ। ਪਹਿਲਾ ਕਾਰਨ ਕਿ ਜਦੋਂ ਵੀ ਕੰਗਣਾ ਨੇ ਪੰਜਾਬੀਆਂ ਦੇ ਨਾਲ ਕੋਈ ਪੇਚਾ ਪਾਇਆ, ਪੰਜਾਬੀਆਂ ਦੇ ਨਾਲ ਉਲਝੀ ਹੈ, ਤਾਂ ਉਦੋਂ ਉਹਨੂੰ ਮੂੰਹ ਦੀ ਖਾਣੀ ਪਈ ਹੈ। ਇਕੱਲੀ ਕੰਗਣਾ ਨੂੰ ਨਹੀਂ, ਉਹਨਾਂ ਸਾਰਿਆਂ ਨੂੰ ਜਿਹੜੇ ਵੀ ਪੰਜਾਬੀਆਂ ਨਾਲ, ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਅਤੇ ਲੋਕਾਂ ਨਾਲ ਉਲਝੇ ਨੇ ਉਹਨਾਂ ਸਾਰਿਆਂ ਨੂੰ। ਅਤੇ ਕੰਗਣਾ ਲੰਬੇ ਟਾਈਮ ਤੋਂ ਕਿਸਾਨਾਂ ਨਾਲ ਅਤੇ ਪੰਜਾਬੀਆਂ ਨਾਲ ਉਲਝਦੀ ਆ ਰਹੀ ਹੈ। ਬੜਾ ਕੁਛ ਇਹਨੇ ਬੋਲਿਆ ਕਿਸਾਨ ਅੰਦੋਲਨ ਤੋਂ ਲੈ ਕੇ, ਜਦੋਂ ਕਿਹਾ ਸੀ ਕਿ 100-100 ਰੁਪਏ ਦਿਹਾੜੀ 'ਤੇ ਲਿਆਉਂਦੀਆਂ ਕਿਸਾਨ ਬੀਬੀਆਂ, ਉਦੋਂ ਬਾਅਦ ਫਿਰ ਜਦੋਂ ਏਅਰਪੋਰਟ ਦੇ ਉੱਪਰ ਥੱਪੜ ਕਾਂਡ ਵਾਪਰਿਆ ਸੀ, ਫਿਰ ਜਦੋਂ ਇਹਦੀ ਫਿਲਮ ਐਮਰਜੈਂਸੀ ਆਈ, ਫਿਰ ਜਿੱਦਣ ਇਹਨੇ ਕਹਿਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਬਲਾਤਕਾਰ ਅਤੇ ਕਤਲ ਹੋਏ, ਅਤੇ ਫਿਰ ਹੁਣ ਅੱਜ ਬੀਤੇ ਕੱਲ੍ਹ ਜਦੋਂ ਬੋਲਿਆ ਕਿ 3 ਕਾਨੂੰਨ ਸਹੀ ਬਣਾਏ ਸੀ ਦੁਬਾਰਾ ਬਣਨੇ ਚਾਹੀਦੇ ਆ, ਤਾਂ ਇਹ ਹੁਣ ਕੰਗਣਾ ਨੇ ਜਿਹੜੀ ਮਾਫ਼ੀ ਮੰਗੀ ਹੈ, ਖੇਦ ਪ੍ਰਗਟ ਕੀਤਾ ਹੈ ਅਤੇ ਆਪਣੇ ਬੋਲ ਵਾਪਸ ਲਏ ਨੇ। ਇਹਦਾ ਕਾਰਨ ਇੱਕ ਇਹ ਆ ਵੀ ਬੀਜੇਪੀ ਬਹੁਤ ਕਸੂਤੀ ਫਸੀ ਹੈ, ਅਤੇ ਕੱਲ੍ਹ ਆਪਾਂ ਵੀ ਇਹ ਸਵਾਲ ਚੁੱਕਿਆ ਸੀ ਕਿ ਹਰਿਆਣੇ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ, ਉੱਥੇ ਬੀਜੇਪੀ ਤਾਂ ਭਰਮਾਉਂਦੀ ਫਿਰਦੀ ਹੈ ਕਿਸਾਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਹਾਂ, ਅਸੀਂ ਕਾਨੂੰਨ ਵੀ ਵਾਪਸ ਲੈ ਲਏ, ਸਾਰਾ ਕੁਛ ਕਰ ਲਿਆ। ਅਤੇ ਕੰਗਣਾ ਉਹਨਾਂ ਹੀ ਦਿਨਾਂ ਦੇ ਵਿੱਚ ਆਖੀ ਜਾਂਦੀ ਹੈ ਵੀ ਕਾਨੂੰਨ ਸਹੀ ਸੀ ਦੁਬਾਰਾ ਬਣਨੇ ਚਾਹੀਦੇ ਆ, ਬੀਜੇਪੀ ਦੀ ਲੀਡਰ ਹੈ ਕੰਗਣਾ। ਤਾਂ ਪਿਛਲੇ ਦਿਨੀ ਜਦੋਂ ਕੰਗਣਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ 'ਚ ਬਲਾਤਕਾਰ ਹੋਏ, ਕਤਲ ਹੋਏ, ਯੇ ਹੋਇਆ ਵੋ ਹੋਇਆ, ਉਦੋਂ ਬੀਜੇਪੀ ਨੂੰ ਪਤਾ ਲੱਗ ਗਿਆ ਸੀ ਵੀ ਇਹ ਸਾਡੀ ਬਾਟੀ ਮਾਂਜਦੇਗੀ, ਔਰ ਬੀਜੇਪੀ ਨੇ ਫਿਰ ਇਹਦੇ ਤੋਂ ਪਾਸਾ ਵੱਟ ਲਿਆ ਸੀ। ਬੀਜੇਪੀ ਨੇ ਇਹਦਾ ਵਿਰੋਧ ਵੀ ਕੀਤਾ ਸੀ, ਇਹਨੂੰ ਤਾੜਨਾ ਕੀਤੀ ਸੀ ਬੀਜੇਪੀ ਦੇ ਦੇਸ਼ ਦੇ ਪ੍ਰਧਾਨ ਜੇਪੀ ਨੱਡਾ ਨੇ ਵੀ ਜਦੋਂ ਵੀ ਲੋਕਾਂ ਦੇ ਮੁੱਦਿਆਂ 'ਤੇ ਬੋਲਣਾ ਤਾਂ ਆਪਦੀ ਗੱਲ ਨਹੀਂ ਕਰਨੀ, ਪਾਰਟੀ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਬੋਲਣਾ, ਤਾੜਨਾ ਕੀਤੀ ਸੀ। ਅਤੇ ਕੱਲ੍ਹ ਫਿਰ ਉਹਨੇ ਕੜੀ ਘੋਲਤੀ ਸੀ ਕੰਗਣਾ ਨੇ ਜਦੋਂ ਕਹਿਤਾ ਸੀਗਾ ਕਿ 3 ਖੇਤੀ ਕਾਨੂੰਨ ਸਹੀ ਸੀ ਅਤੇ ਦੁਬਾਰਾ ਆਉਣੇ ਚਾਹੀਦੇ ਨੇ। ਤਾਂ ਲਾਜ਼ਮੀ ਬੀਬਾ ਕੰਗਣਾ ਰਣੌਤ ਨੂੰ ਅੰਦਰ ਖਾਤੇ ਉਹਨਾਂ ਨੇ ਖਿੱਚਿਆ, ਝੰਬਿਆ ਹੋਣਾ, ਝਾੜਿਆ ਹੋਣਾ ਕਿ ਕਿਉਂ ਸਾਡੀ ਬਾਟੀ ਮਾਂਜੀ ਜਾਂਦੀ ਹੈ, ਕਿਉਂ ਸਾਡੀ ਫੱਟੀ ਪੋਚੀ ਜਾਂਦੀ ਹੈ, ਕਿਉਂਕਿ ਕੰਗਣਾ ਬੜਬੋਲੀ ਹੈ, ਬੋਲਦੀ ਤਾਂ ਵੇਖੋ ਉਹ ਉਹੀ ਕੁਛ ਹੈ ਵਿਚਾਰੀ ਜਿਹੜਾ ਕੁਛ ਬੀਜੇਪੀ ਦੀ ਨੀਤੀ ਹੈ, ਜਿਹੜਾ ਕੁਛ ਬੀਜੇਪੀ ਦੀ ਨੀਅਤ ਹੈ, ਜਿਹੜਾ ਕੁਛ ਅੰਦਰ ਖਾਤੇ ਚੱਲਦਾ। ਹਾਂ, ਉਹ ਹੈ ਬੜਬੋਲੀ, ਅਤੇ ਜਿਹੜਾ ਕੁਛ ਉਹ ਜਿਹੜੇ ਦੂਜੇ ਚਲਾਕ ਆਗੂ ਨੇ ਉਹਨਾਂ ਨੇ ਅਜੇ ਬਾਅਦ 'ਚ ਸਾਹਮਣੇ ਆਉਣ ਦੇਣਾ ਹੁੰਦਾ, ਉਹ ਪਹਿਲਾਂ ਹੀ ਬੋਲ ਜਾਂਦੀ ਹੈ। ਇੱਥੇ ਇੰਨਾ ਕਰੌਲਾ
ਬਾਕੀ ਬੋਲਦੀ ਉਹ ਆਪਦੀ ਪਾਰਟੀ ਦੀ ਲਾਈਨ ਤੇ ਨੀਤੀ ਹੈ। ਪਾਰਟੀ ਦੇ ਅੰਦਰ ਵੀ ਇਹ ਚੱਲਦਾ ਹੋ ਸਕਦਾ ਵੀ ਤਿੰਨ ਖੇਤੀ ਕਾਨੂੰਨ ਦੁਬਾਰਾ ਲਿਆਉਣੇ ਚਾਹੀਦੇ ਆ, ਕਿਉਂਕਿ ਪਾਰਟੀ ਜਿਨ੍ਹਾਂ ਤੋਂ ਟਰੱਕ ਭਰ ਭਰ ਕੇ ਪੈਸੇ ਚੋਣ ਫੰਡ ਲੈਂਦੀ ਆ। ਮੋਦੀ ਸਾਹਿਬ ਨੇ ਖੁਦ ਕਿਹਾ ਸੀ ਵੀ ਅੰਬਾਨੀ ਦਿੰਦੇ ਆ ਟਰੱਕ ਭਰ ਭਰ ਕੇ, ਕਿਹਾ ਭਾਵੇਂ ਕਾਂਗਰਸ ਨੂੰ ਸੀ ਪਰ ਫਿਰ ਉਹ ਤਾਂ ਦਿੰਦੇ ਸਾਰਿਆਂ ਨੂੰ ਹੀ ਹੋਣਗੇ। ਤਾਂ ਹੁਣ ਕੰਗਣਾ ਰਣੌਤ ਨੇ ਅੱਜ ਜਿਹੜੀ ਇਹ ਯੂ ਟਰਨ ਲਿਆ ਆਪਦੀ ਗੱਲ ਤੋਂ ਮਾਫ਼ੀ ਮੰਗੀ ਹੈ। ਇਹ ਪਹਿਲੀ ਵਾਰ ਸੀਨ ਵੇਖਣ ਨੂੰ ਮਿਲਿਆ, ਪਹਿਲਾਂ ਕਦੇ ਨਹੀਂ, ਕਿਉਂਕਿ ਪਹਿਲਾਂ ਕਦੇ ਉਹਨੇ ਮਾਫ਼ੀ ਮੰਗੀ ਹੋਈ ਨਹੀਂ, ਪਹਿਲਾਂ ਕਦੇ ਉਹਨੇ ਕੋਈ ਗੱਲ ਵਾਪਸ ਲਈ ਨਹੀਂ। ਔਰ ਜਦੋਂ ਉਹ ਪਹਿਲਾਂ ਕਿਸਾਨਾਂ ਦੇ ਬਲਾਤਕਾਰ ਔਰ ਕਿਸਾਨ ਅੰਦੋਲਨ 'ਚ ਕਤਲ ਹੋਏ ਬੋਲੀ ਸੀ, ਉਦੋਂ ਵੀ BJP ਨੇ ਉਹਦੇ ਬਿਆਨਾਂ ਤੋਂ ਪਾਸਾ ਤਾਂ ਵੱਟ ਲਿਆ ਸੀ ਪਰ ਇਹ ਨਹੀਂ ਕਿਹਾ ਸੀ ਕਿ ਆਪਦੇ ਸ਼ਬਦ ਵਾਪਸ ਲਏ। ਅੱਜ ਜੇ ਕੰਗਣਾ ਖੁਦ ਵੀਡੀਓ ਬਣਾ ਕੇ ਪਾ ਰਹੀ ਹੈ, ਖੁਦ ਵੀਡੀਓ ਬਣਾਈ ਹੈ ਕੰਗਣਾ ਨੇ, ਸੋਸ਼ਲ ਮੀਡੀਆ 'ਤੇ ਪਾਈ ਹੈ, ਤਾਂ ਸਿੱਧੀ ਅਤੇ ਸਾਫ਼ ਗੱਲ ਹੈ ਵੀ BJP ਨੇ ਖਿੱਚਿਆ ਚੰਗੀ ਤਰ੍ਹਾਂ। ਅਗਲਿਆਂ ਨੇ ਆਖਿਆ ਹੋਣਾ ਵੀ ਚੱਲ ਬਣਾ ਵੀਡੀਓ ਅਤੇ ਪਾ ਲੋਕਾਂ ਸਾਹਮਣੇ, ਕਹਿ ਮੈਂ ਗਲਤ ਬੋਲੀ ਹਾਂ ਅਤੇ ਮੈਨੂੰ ਖੇਦ ਹੈ। ਅਤੇ ਕੰਗਣਾ ਬੋਲੀ ਕੀ ਆ ਉਹ ਵੀ ਸੁਣ ਲਓ, ਵੀਡੀਓ ਬਣਾ ਕੇ ਕੰਗਣਾ ਬੋਲੀ ਹੈ। ਕੱਲ੍ਹ ਉਹ ਕੀ ਬੋਲੀ ਸੀ ਉਹ ਵੀ ਥੋੜ੍ਹਾ ਤੁਹਾਨੂੰ ਦੱਸ ਦਿਆਂ। ਕੱਲ੍ਹ ਬੋਲੀ ਸੀ, ਕਹਿੰਦੀ ਵੀ ਮੈਂ ਦੇਸ਼ ਦੀ ਸਭ ਤੋਂ ਦਲੇਰ ਕੁੜੀ ਹਾਂ ਅਤੇ ਮੈਂ ਹੁਣ ਤੱਕ ਦਲੇਰੀ ਨਾਲ ਗੱਲਾਂ ਕੀਤੀਆਂ ਨੇ, ਲੋਕ ਮੇਰੇ ਨਾਲ ਨੇ, ਲੋਕ ਮੈਨੂੰ ਪਸੰਦ ਕਰਦੇ ਨੇ, ਕੁਝ ਕੁ ਕਮਲੇ ਨੇ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ, ਬਾਕੀ ਸਾਰੇ ਮੇਰੇ ਨਾਲ ਨੇ, ਮੇਰੀ ਸ਼ੋਭਾ ਕਰਦੇ ਨੇ। ਉਹ ਕਹਿੰਦੀ ਮੈਂ ਬਹੁਤ ਵੱਡੀ ਕੁਰਬਾਨੀ ਦੇਸ਼ ਲਈ ਕੀਤੀ, ਆਪਦਾ ਕੈਰੀਅਰ ਤੱਕ ਮੈਂ ਬਰਬਾਦ ਕੀਤਾ ਦੇਸ਼ ਦੀ ਖਾਤਰ। ਵਾਹ ਬਈ ਵਾਹ ਬਈ ਵਾਹ, ਬਹੁਤ ਵੱਡੀ ਕੁਰਬਾਨੀ। ਤਾਂ ਨਾਲੇ ਕਹਿ ਗਈ ਸੀ ਵੀ ਤਿੰਨ ਖੇਤੀ ਕਾਨੂੰਨ ਸਹੀ ਬਣੇ ਸੀ ਅਤੇ ਉਹ ਵਾਪਸ ਦੁਬਾਰਾ ਫਿਰ ਬਣਨੇ ਚਾਹੀਦੇ ਨੇ, ਕਿਸਾਨਾਂ ਨੂੰ ਵੀ ਕਹਿਣਾ ਚਾਹੀਦਾ ਦੁਬਾਰਾ ਬਣਾਓ। ਅਤੇ ਹੁਣ ਅੱਜ ਕੀ ਬੋਲੀ, ਅੱਜ ਉਹ ਬੋਲੀ ਹੈ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਬਣਾਏ ਗਏ ਸੀ ਉਹ ਤਿੰਨੋਂ ਲਾਜ਼ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵਾਪਸ ਲੈ ਲਏ ਸੀਗੇ ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਜ਼ੁਬਾਨ ਦੀ ਗਰਮਾ ਯਾਨੀ ਕਿ ਲਾਜ ਰੱਖਣੀ ਚਾਹੀਦੀ ਹੈ ਅਤੇ ਜੋ ਕੁਛ ਉਹਨਾਂ ਨੇ ਕਰਤਾ ਉਹ ਸਾਨੂੰ ਉਹਨੂੰ ਠੀਕ ਕਹਿਣਾ ਚਾਹੀਦਾ ਹੈ। ਅਤੇ ਕਹਿੰਦੀ ਵੀ ਕੱਲ੍ਹ ਮੈਂ ਪੱਤਰਕਾਰਾਂ ਦੇ ਜਵਾਬ ਦੇ ਵਿੱਚ ਬੋਲ ਬੈਠੀ ਸੀ, ਜੋ ਵੀ ਮੈਂ ਬੋਲਿਆ ਉਹਦੇ 'ਤੇ ਮੈਨੂੰ ਖੇਦ ਹੈ ਅਤੇ ਮੈਂ ਆਪਣੇ ਸ਼ਬਦ ਜਿਹੜੇ ਆ ਉਹ ਵਾਪਸ ਲੈਂਦੀ ਹਾਂ। ਅਤੇ ਸ਼ਬਦ ਵਾਪਸ ਲੈਣ ਵਾਲੀ ਗੱਲ ਉਹਨੇ ਅੰਗਰੇਜ਼ੀ 'ਚ ਬੋਲੀ ਹੈ, ਭਲਾ ਕਿਉਂ? ਕਿਉਂਕਿ ਪਤਾ ਕੰਗਣਾ ਨੂੰ ਵੀ ਹੈ ਵੀ 90% 85% ਜਨਤਾ ਨੂੰ ਅੰਗਰੇਜ਼ੀ 'ਚ ਬੋਲੀ ਗੱਲ ਸਮਝ ਨਹੀਂ ਆਉਂਦੀ ਭਾਰਤ 'ਚ, ਇਸ ਕਰਕੇ ਭੁਲੇਖਾ ਰਹਿ ਜੂਗਾ ਵੀ ਮੈਂ ਬੋਲੀ ਕੀ ਹਾਂ। ਪਰ ਇੱਥੇ ਸਾਡੇ ਵਰਗਿਆਂ ਨੇ ਅਨੁਵਾਦ ਕਰ ਕਰ ਦੱਸ ਹੀ ਦੇਣਾ, ਦੱਸੀ ਜਾਂਦੇ ਹਾਂ। ਕੰਗਣਾ ਨੇ ਦੋ ਗੱਲਾਂ ਸਪਸ਼ਟ ਬੋਲੀਆਂ ਨੇ, ਇੱਕ ਵੀ ਜੋ ਮੈਂ ਬੋਲੀ ਹਾਂ ਮੈਨੂੰ ਅਫਸੋਸ ਬੜਾ ਖੇਦ ਹੈ, ਅਤੇ ਦੂਜੀ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ। ਦੇਖੋ ਕੰਗਣਾ ਨੇ ਤਾਂ ਅੱਜ ਇਹ ਕਰਤਾ, ਮੈਨੂੰ ਲੱਗਦਾ ਹੈ ਕੰਗਣਾ ਦੇ ਬੇਵਕਤਾ ਬੋਲਣ ਕਰਕੇ ਬਾਹਰੋਂ ਲੋਕਾਂ ਦਾ ਵਿਰੋਧ, ਅੰਦਰੋਂ ਪਾਰਟੀ ਦਾ ਵਿਰੋਧ ਅਤੇ ਕੰਗਣਾ ਦਾ ਦਿਮਾਗ ਥੋੜ੍ਹਾ ਟਿਕਾਣੇ ਆ ਜੂਗਾ। ਪਰ ਰਵਨੀਤ ਬਿੱਟੂ, ਬਿੱਟੂ ਸਾਹਿਬ ਰਹਿ ਗਏ, ਕਿਉਂਕਿ ਬਿੱਟੂ ਸਾਹਿਬ ਵੀ ਪਿਛਲੇ ਦਿਨਾਂ ਤੋਂ ਬਹੁਤ ਬੋਲ ਰਹੇ ਨੇ ਸਾਰਿਆਂ ਦੇ ਖਿਲਾਫ਼ ਵੀ ਦੱਬੀ ਤੁਰੇ ਉਹਦੇ ਕੰਮ ਨੂੰ, ਕਿਉਂਕਿ ਬਿੱਟੂ ਨੂੰ ਐਂ ਲੱਗਦਾ ਹੈ ਵੀ ਜੇਕਰ ਕੰਗਣਾ ਨੂੰ ਇੰਨਾ ਲੋਕਾਂ ਦੇ ਵਿਰੁੱਧ ਬੋਲਣ ਕਰਕੇ ਮੰਡੀ ਤੋਂ ਟਿਕਟ ਮਿਲ ਗਈ, ਮਿਲ ਹੀ ਨਹੀਂ ਸਕਦੀ ਸੀ, ਅਤੇ ਉਹ ਜਤਾਤੀ ਪਾਰਟੀ ਨੇ
ਅਤੇ ਮੈਨੂੰ ਵੀ ਥੋੜ੍ਹਾ ਜਿਹਾ ਬੀਜੇਪੀ 'ਚ ਜਾ ਕੇ ਮੈਂ ਵਿਰੋਧ ਬੋਲਿਆ ਕਿਸਾਨਾਂ ਦੇ ਵੋਟਾਂ ਦੇ ਦਿਨਾਂ 'ਚ, ਅਤੇ ਭਾਵੇਂ ਲੋਕਾਂ ਨੇ ਮੈਨੂੰ ਹਰਾ ਤਾ ਪਰ ਬੀਜੇਪੀ ਨੇ ਮੈਨੂੰ ਮੰਤਰੀ ਕੇਂਦਰ 'ਚ ਬਣਾ ਤਾ। ਅਤੇ ਇਸ ਕਰਕੇ ਬਿੱਟੂ ਨੂੰ ਐਂ ਲੱਗਦਾ ਵੀ ਥੋੜ੍ਹਾ ਜਿਹਾ ਨਾ ਇੱਦਾਂ ਜਿਵੇਂ ਬੀਜੇਪੀ ਚਾਹੁੰਦੀ ਹੈ ਵੀ ਇੱਦਾਂ ਬੋਲਦੇ ਰਹਿਣਾ ਚਾਹੀਦਾ, ਪਰ ਹੋ ਸਕਦਾ ਆਉਣ ਵਾਲੇ ਟਾਈਮ 'ਚ ਰਵਨੀਤ ਬਿੱਟੂ ਨੂੰ ਵੀ ਆਪਦੀ ਬੋਲੀ ਬਦਲਣੀ ਪੈ ਜੇ। ਇੱਥੇ ਵੱਡਿਆਂ ਵੱਡਿਆਂ ਨੂੰ ਬਦਲਣੀ ਪੈ ਜਾਂਦੀ ਹੈ। ਲੋਕਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ, ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ, ਲੋਕ ਸ਼ਕਤੀ ਜਿੱਡੀ ਸ਼ਕਤੀ ਕੋਈ ਨਹੀਂ ਹੁੰਦੀ। ਤੁਹਾਨੂੰ ਕੀ ਲੱਗਦਾ? ਵੈਸੇ ਮੈਨੂੰ ਤਾਂ ਇਹੀ ਲੱਗਦਾ। ਸੋ ਮਿੱਤਰੋ, ਅੱਜ ਕੰਗਣਾ ਰਣੌਤ ਨੇ ਯੂ ਟਰਨ ਲਿਆ, ਮੈਨੂੰ ਲੱਗਦਾ ਦੇਰ ਆਏ ਦਰੁਸਤ ਆਏ। ਕੰਗਣਾ ਰਣੌਤ ਨੇ ਵੈਸੇ ਬੋਲਿਆ ਵੀ ਬਹੁਤ ਕੁਛ ਹੋਇਆ ਸੀ, ਕੰਗਣਾ ਰਣੌਤ ਨੇ ਕੋਈ ਪਹਿਲੀ ਵਾਰ ਨਹੀਂ ਇਹ ਗੱਲਾਂ ਬੋਲੀਆਂ। ਔਰ ਕੰਗਣਾ ਰਣੌਤ ਇਕੱਲੀ ਨਹੀਂ ਬੋਲਦੀ, ਕੰਗਣਾ ਰਣੌਤ ਵਰਗੇ ਬੀਜੇਪੀ 'ਚ ਬਹੁਤ ਨੇ। ਅਤੇ ਇੱਕ ਗੱਲ ਹੋਰ ਵੀ ਹੈ ਚਰਚਾ 'ਚ ਵੀ ਬੀਜੇਪੀ ਕਈ ਵਾਰ ਕੁਝ ਗੱਲਾਂ ਬਣਵਾ ਕੇ ਵੀ ਵੇਖਦੀ ਹੈ, ਅਤੇ ਉਹਦੇ ਜਿਹੜੇ ਵੀ ਆਗੂ ਥੋੜ੍ਹੇ ਜਿਹੇ ਲਾਈ ਲੱਗ ਹੁੰਦੇ ਆ, ਬੜਬੋਲੇ ਹੁੰਦੇ ਆ, ਉਹਨਾਂ ਤੋਂ ਬੁਲਵਾ ਛੱਡਦੀ ਹੈ। ਅਤੇ ਜਿਹੜਾ ਫਾਇਦਾ ਲੈਣਾ ਹੁੰਦਾ, ਜਿਹੜੇ ਲਾਈ ਲੱਗ ਵੋਟ ਮਤਲਬ ਲੋਕਾਂ ਦਾ ਫਾਇਦਾ ਲੈਣਾ, ਉਹ ਵੀ ਲੈ ਲੈਂਦੀ ਹੈ, ਅਤੇ ਬਾਅਦ 'ਚ ਆਪਦੇ ਉਸ ਆਗੂ ਦੇ ਬਿਆਨ ਨੂੰ ਉਹਦਾ ਨਿੱਜੀ ਬਿਆਨ ਕਹਿ ਕੇ ਅਤੇ ਬੀਜੇਪੀ ਪਿੱਛੇ ਵੀ ਹਟ ਜਾਂਦੀ ਹੈ। ਮਤਲਬ ਕਿ ਜਿਹੜੇ ਥੋੜ੍ਹੀ ਹਲਕੀ ਸੋਚ ਵਾਲੇ ਨੇ ਜਾਂ ਛੋਟੀ ਸੋਚ ਵਾਲੇ ਨੇ, ਉਹਨਾਂ ਦੀ ਵੋਟ ਵੀ ਬਟੋਰ ਲਈ ਜਾਂਦੀ ਹੈ ਬਿਆਨ ਦਵਾ ਕੇ, ਅਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਜਾਂ ਉਸ ਬਿਆਨ ਨਾਲ ਜਿਹੜੇ ਲੋਕਾਂ ਨੇ ਵੋਟ ਨਹੀਂ ਪਾਉਣੀ ਹੁੰਦੀ, ਬਾਅਦ 'ਚ ਇਹ ਕਹਿ ਕੇ ਵੀ ਇਹ ਬਿਆਨ ਤਾਂ ਸਾਡਾ ਆਗੂ ਆਪਣੇ ਆਪ ਬੋਲ ਗਿਆ, ਸਾਡੀ ਕੋਈ ਸਹਿਮਤੀ ਨਹੀਂ, ਇਹਦਾ ਨਿੱਜੀ ਬਿਆਨ ਹੈ, ਤਾਂ ਇੱਦਾਂ ਫਿਰ ਉਹ ਬਿਆਨ ਵਾਪਸ ਵੀ ਲੈ ਲੈਂਦੇ ਨੇ। ਹੁਣ ਅਗਲਾ ਮਸਲਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਾਲੀ ਗੱਲ ਕੰਗਣਾ ਨੇ ਬੋਲੀ ਕਿਉਂ? ਵੀ ਵਾਪਸ ਆਉਣੇ ਚਾਹੀਦੇ ਨੇ। ਇਹ ਭਾਈ ਕਿਤੇ ਨਾ ਕਿਤੇ ਉਹ ਅੰਦਰ ਖਿਚੜੀ ਪੱਕਦੀ ਹੋਣੀ ਹੈ, ਕਿਤੇ ਨਾ ਕਿਤੇ ਅੰਦਰ ਗੱਲ ਚੱਲਦੀ ਹੋਣੀ ਹੈ। ਐਵੇਂ ਨਹੀਂ ਕੰਗਣਾ ਨੇ ਕਹਿਤਾ, ਕੰਗਣਾ ਦੀ ਕੀ ਹਿੰਮਤ ਹੈ ਕਿ ਐਵੇਂ ਕਹਿ ਦੇਵੇ, ਚੱਲਦੀ ਹੋਣੀ ਆ ਤਾਂ ਹੀ ਆ। ਵੇਖੋ, ਜਿਹੜੀ ਪਿਛਲੇ ਦਿਨੀ ਬੀਜੇਪੀ ਦਾ ਇੱਕ ਆਗੂ ਹਰਜੀਤ ਗਰੇਵਾਲ, ਉਹਨੇ ਵੀ ਇਹ ਗੱਲ ਬੋਲੀ ਹੈ ਕੁਛ ਚੈਨਲਾਂ 'ਤੇ ਵੀ ਤਿੰਨ ਖੇਤੀ ਕਾਨੂੰਨ ਸਹੀ ਸੀ, ਅਤੇ ਕਿਸੇ ਦਿਨ ਕਿਸਾਨਾਂ ਨੇ ਆਪ ਹੀ ਕਹਿਣਾ ਕਿ ਇਹ ਕਾਨੂੰਨ ਵਾਪਸ ਲੈ ਕੇ ਆਓ। ਇਹ ਗੱਲ ਬੋਲੀ ਸੀ ਜਿਹੜਾ ਬੀਜੇਪੀ ਆਗੂ ਹਰਜੀਤ ਗਰੇਵਾਲ ਹੈ ਉਹਨੇ, ਤਾਂ ਹੁਣ ਇਹ ਗੱਲ ਬੋਲ ਦਿੱਤੀ ਕੰਗਣਾ ਨੇ, ਤਾਂ ਹੋਰ ਵੀ ਕਈਆਂ ਨੇ ਬੋਲੀ ਹੈ। ਤਾਂ ਭਾਈ ਇਹ ਕੋਈ ਅੰਦਰ ਖਾਤੇ ਸੱਚੀ ਹੋ ਸਕਦਾ ਕੁਛ ਚੱਲ ਰਿਹਾ ਹੋਵੇ, ਕਿਉਂਕਿ ਬੀਜੇਪੀ ਪਾਰਟੀ ਵੀ ਕਾਰਪੋਰੇਟਾਂ ਦੇ ਕਧਾੜੇ ਚੜ੍ਹੀ ਹੋਈ ਹੈ, ਅਤੇ ਕਾਰਪੋਰੇਟਾਂ ਤੋਂ ਚੋਣ ਫੰਡ ਲੈਂਦੀ ਹੈ। ਅੰਬਾਨੀਆਂ ਡਾਂਡੀਆਂ ਦੇ ਨਾਂ ਆਮ ਹੀ ਤੁਸੀਂ ਸੁਣੇ ਆ, ਬੜੀ ਨਿੱਘੀ ਆ ਰਹੀ ਹੈ। ਤਾਂ ਕੀ ਹੈ ਵੀ ਉਹ ਚਾਹੁੰਦੇ ਨੇ ਵੀ ਸਾਰੇ ਖੇਤਰ ਅਸੀਂ ਹੌਲੀ ਹੌਲੀ ਆਪਣੇ ਹੱਥਾਂ 'ਚ ਕਰ ਲਏ, ਮੁੱਠੀ 'ਚ ਕਰ ਲਏ, ਅਤੇ ਹੁਣ ਖੇਤੀ ਰਹਿ ਗਿਆ, ਇਹਨੂੰ ਵੀ ਕਰੀਏ। ਡਾ ਲੱਗ ਚੱਲਿਆ ਸੀ ਅੱਗੇ, ਜਦੋਂ ਤਿੰਨ ਖੇਤੀ ਕਾਨੂੰਨ ਬਣ ਗਏ ਸੀ ਤਾਂ ਖੇਤੀ ਚਲੀ ਜਾਣੀ ਸੀ ਉਹਨਾਂ ਦੇ ਹੱਥਾਂ 'ਚ, ਪਰ ਰੌਲਾ ਪੈ ਗਿਆ, ਕਿਸਾਨ ਜਥੇਬੰਦੀਆਂ ਨੇ ਰੌਲਾ ਪਾ ਲਿਆ, ਪੰਜਾਬ ਮੂਹਰੇ ਹੋ ਕੇ ਜੰਗ ਦੇ ਮੈਦਾਨ 'ਚ ਆ ਗਿਆ, ਵੱਡੀ ਲੜਾਈ ਲੜੀ ਤਿੰਨ ਖੇਤੀ ਕਾਨੂੰਨਾਂ ਖਿਲਾਫ, ਅਤੇ ਇੰਨੀ ਵੱਡੀ ਲੜਾਈ ਸਰਕਾਰ ਛੇਤੀ ਨਹੀਂ ਮੰਨੀ, ਅੰਤ ਤੱਕ ਲੋਕਾਂ ਨੂੰ ਜ਼ੋਰ ਲਵਾਇਆ, ਟੋਇਆ ਵੀ ਸ਼ਾਇਦ ਮਹੀਨੇ ਬਾਅਦ ਪਿੱਛੇ ਹਟ ਜਾਣ, ਦੋ ਮਹੀਨੇ ਬਾਅਦ, ਤਿੰਨ ਮਹੀਨੇ ਬਾਅਦ, ਚਾਰ ਮਹੀਨੇ ਬਾਅਦ,
ਜਦੋਂ 13-14 ਮਹੀਨੇ ਹੋ ਗਏ ਸੀ ਨਾ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ ਦਿੱਲੀ, ਉਦੋਂ ਕਿਤੇ ਜਾ ਕੇ ਬੀਜੇਪੀ ਨੇ ਫਿਰ ਸੋਚ ਲਿਆ ਵੀ ਹੁਣ ਇਹ ਨਹੀਂ ਪਿੱਛੇ ਹਟਦੇ, ਹੁਣ ਇਹ ਵੱਡੇ ਐਕਸ਼ਨ ਦੇਣਗੇ, ਦੇਸ਼ 'ਚੋਂ ਹੋਰ ਵੱਧ ਲੋਕ ਇਹਨਾਂ ਨਾਲ ਰਲ ਰਹੇ ਨੇ। ਅਤੇ ਫਿਰ ਬੀਜੇਪੀ ਨੇ ਵੇਖ ਲਿਆ ਵੀ ਉੱਧਰੋਂ ਚੋਣਾਂ ਵੀ ਸਿਰ 'ਤੇ ਆਉਣ ਵਾਲੀਆਂ ਨੇ ਕਈ ਸੂਬਿਆਂ ਦੀਆਂ, ਫਿਰ ਕਿਤੇ ਜਾ ਕੇ ਭਾਈ ਉਹਨਾਂ ਨੇ ਅਤੇ ਉਹ ਕਾਨੂੰਨ ਵਾਪਸ ਲੈਣ ਦਾ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ। ਅਤੇ ਉਦੋਂ ਵੀ ਜਿਹੜੀਆਂ ਮੰਗਾਂ ਦਿੱਲੀ 'ਚ ਕਿਸਾਨਾਂ ਦੀਆਂ ਮੰਗ ਕੇ ਉਹਨਾਂ ਨੂੰ ਤੋਰਿਆ ਸੀ ਉਹ ਬਾਅਦ 'ਚ ਲਾਗੂ ਨਹੀਂ ਕੀਤੀਆਂ, ਕਿਸਾਨ ਚੀਕੀ ਜਾਂਦੇ ਨੇ। ਇਸੇ ਕਰਕੇ ਤਾਂ ਦੁਬਾਰਾ ਫਿਰ ਦਿੱਲੀ ਨੂੰ ਚੱਲੇ ਸੀਗੇ, ਸ਼ੰਭੂ ਖਨੌਰੀ ਬਾਰਡਰ 'ਤੇ ਰੋਕ ਲਏ, ਉੱਥੇ ਜਿਹੜੇ ਗੋਲੀ ਵੀ ਚੱਲੀ, ਅੱਥਰੂ ਗੋਲੇ ਵੀ ਕਈ ਦਿਨ ਵਰਦੇ ਰਹੇ, ਬੜਾ ਕੁਛ ਚੱਲਿਆ, ਅਤੇ ਉੱਥੇ ਕਿਸਾਨਾਂ ਦੀ ਮੌਤ ਵੀ ਹੋਈ, ਨੌਜਵਾਨ ਕਿਸਾਨਾਂ ਦੀ। ਪਰ ਗਾਹ ਨਹੀਂ ਜਾਣ ਦਿੱਤਾ, ਕਿਉਂ? ਕਿਉਂਕਿ ਸਰਕਾਰ ਨੂੰ ਪਤਾ ਜੇ ਇਹ ਦਿੱਲੀ ਜਾ ਕੇ ਡੇਰਾ ਲਾ ਕੇ ਬਹਿ ਗਏ ਨੱਕ 'ਚ ਦਮ ਕਰ ਦੇਣਗੇ, ਇਸ ਕਰਕੇ। ਅਤੇ ਸਰਕਾਰ ਨੇ ਜਿਹੜੀਆਂ ਗੱਲਾਂ ਮੰਨੀਆਂ ਸੀ ਦਿੱਲੀ ਤੋਂ ਉਠਾਉਣ ਵੇਲੇ ਉਹ ਹੁਣ ਤੱਕ ਲਾਗੂ ਨਹੀਂ ਕੀਤੀਆਂ। ਇਹ ਗੱਲ ਸਾਰੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ, ਚਾਹੇ ਉਹ MSP ਗਰੰਟੀ ਕਾਨੂੰਨ ਦੇਣਾ ਸੀ, ਚਾਹੇ MSP ਰਿਪੋਰਟ ਲਾਗੂ ਕਰਨੀ ਸੀ, ਉਹ ਸਾਰਾ ਕੁਛ ਉਸੇ ਤਰ੍ਹਾਂ ਲਮਕਿਆ ਪਿਆ। ਔਰ ਹੁਣ ਕੰਗਣਾ ਰਣੌਤ ਨੇ ਕੱਲ੍ਹ ਬੋਲੇ ਆਪਦੇ ਸ਼ਬਦਾਂ ਦੀ ਅੱਜ ਮੁਆਫ਼ੀ ਮੰਗੀ ਹੈ। ਤੁਸੀਂ ਆਪਣਾ ਕਮੈਂਟ ਲਿਖਿਓ, ਤੁਹਾਨੂੰ ਕੀ ਲੱਗਦਾ ਕਿ ਕੰਗਣਾ ਨੂੰ ਅੰਦਰੋਂ ਕੋਈ ਖਿੱਚ ਪਈ ਹੈ, ਆਪਣੀ ਅਕਲ ਦਾ ਫੈਸਲਾ ਹੈ, ਜਾਂ ਪਾਰਟੀ ਦੇ ਅੰਦਰੋਂ ਕੋਈ ਘੁਰਕੀ ਵੱਜੀ ਹੈ, ਕੀ ਹੋਇਆ, ਜਾਂ ਫਿਰ ਕਿਸਾਨਾਂ ਦੇ ਡਰ 'ਤੇ ਦਬਾਅ ਕਾਰਨ ਹੋਇਆ? ਤੁਹਾਨੂੰ ਕੀ ਲੱਗਦਾ? ਤੁਸੀਂ ਆਪਣਾ ਕਮੈਂਟ ਲਿਖਿਓ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ, ਬਹੁਤ ਮਿਹਰਬਾਨੀ, ਸ਼ੁਕਰੀਆ।